अज है मेरे नाल एक होर फूड कार्ट फूड ट्रक दे ओनर जिहदा नाम है सुरेंद्र सिंह जी। एक महीना पहला खुली एक फूड कार्ट जिहदी लोकेशन है वेस्ट ड्राइव एंड स्टील्स। फूड ट्रक का नाम है वन बाइट, लोकेशन है वेस्ट ड्राइव एंड स्टील्स। एक चौपाटी बनन जा रही है इस एरिए विच, ऑलरेडी एक फूड ट्रक खुल चुका है। आ जाओ भाजी नाल गलबात करते हैं। सो भाजी व्यूअर्स देख रहे ने, अपनी फूड कार्ट बारे दसो, अपने खाने बारे दसो। सत श्रीकाल सारे नूं जी, साडे फूड ट्रक खोलण नूं एक महीना हो गया। साडा फूड ट्रक दा नाम है जी वन बाइट है जी। ते तकरीबन मैं स्टूडेंट तो बाद पीआर हो के इस बिजनेस अपने ब्रदरमैन हैल्प नाल ओपन किया होया है। ते मैं ही इस नूं रन करदा। साडी जिहड़ी रेसिपी ने मैं खुद ही इंडिया जा के सीख के कम फिर आया सी। मैं 2 महीने लगा के आया सीगा। पूरी रिसर्च कीती है तुसीं? पूरी रिसर्च कीती होई है इस बारे। फिर जिहड़ा मेन सीगा कि जिहड़ा टेस्ट जिहड़ा आंदा है इंडिया दा, उह तकरीबन जो स्टार्टिंग होंगी हर कोई बिल्डअप कर लेता है क्वालिटी, बट मेनटेन नहीं कर पाता है। तो साडा यही कोशिश है कि असं क्वालिटी मेनटेन करके रखिए, तो कस्टमर की जी पसंद है टेस्ट है असं प्रोवाइड कर सके उन्होंने। जिमें कि साडा फेमस चलता पैसा फिश पकौड़ा है, तो पुदीने की चटनी नाल है। साडे स्प्रिंग रोल ने जो असं न्यूडल भर के बनाने हैं, आप बनाने आप फ्राई करते हैं। साडे अपने मोमोस ने पनीरस वाले जो फ्राइज ने, ते नाल ही अपन जिहड़ी मैगी आ वो सेम तड़के वाली जिहड़ा तुसीं स्ट्रीट फूड ते खांदे हो ना इंडिया च, उस तों भी वधिया दवांगे असीं। क्या बात है। सो बहुत कुछ है, एक सोच है, एक जज्बा है, एक मेहनती इंसान है, ते ओहदा एक मेहनत कीता होया कॉन्सेप्ट है। फूड ट्रक दा नाम है वन बाइट, लोकेशन है स्टील्स एंड वेस्ट ड्राइव। ते सुरेंद्र भाजी नाल अज असीं सारा इहनां दा फूड ट्रक भी दिखावांगे, इहनां दा खाणा बणदा दिखावांगे। सो भाजी पहली चीज़ ਕਿਹੜੀ ਬਣਾ ਰਹੇ ਹੋ ਤੇ ਉਸ ਤੋਂ ਬਾਅਦ ਅੱਜ ਕੀ ਦਿਖਾਓਗੇ ਮੇਰੇ ਕੋਲ? ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਬਣਾਉਣ ਲੱਗੇ ਹਾਂ ਉਹ ਹੈਗੀ ਗੁੜ ਵਾਲੀ ਚਾਹ। ਗੁੜ ਵਾਲੀ ਚਾਹ, ਹਾਂ। ਮੋਸਟਲੀ ਤੁਸੀਂ ਜਾਓਗੇ ਕਿਸੇ ਵੀ ਰੈਸਟੋਰੈਂਟ ਜਿਹੜੇ ਬਣਾਉਂਦੇ ਨੇ, ਉਹਨਾਂ ਦੀ ਚਾਹ ਫਟ ਜਾਂਦੀ ਹੈ। ਪਰ ਸਾਡੀ ਗੁੜ ਪਾਉਣ ਨਾਲ ਚਾਹ ਫਟ ਜਾਂਦੀ ਹੈ, ਪਰ ਸਾਡੀ ਰੈਸਪੀ ਇਦਾਂ ਦੀ ਹੈ, ਸਾਡੀ ਚਾਹ ਫੜੀ ਨਹੀਂ ਮਿਲੇਗੀ ਕਦੀ ਵੀ ਤੁਹਾਨੂੰ, ਤੇ ਟੇਸਟ ਬੈਟਰ ਮਿਲੇਗਾ। ਜਿਹੜਾ ਗੁੜ ਹੈ ਨਾ ਉਹ ਵੀ ਰੀਅਲ ਦੇਸੀ ਗੁੜ ਅਸੀਂ ਜਿਹੜਾ ਉਹ ਲੈਂਦੇ ਹਾਂ, ਆਈ ਮੀਨ ਕਿ ਮਾਰਕੀਟ 'ਚ ਕੋਈ ਵੀ ਚੱਕ ਲਈਦਾ। ਅਤੇ ਅਸੀਂ ਆਪਣੀ ਪੂਰੀ ਰਿਸਰਚ ਕੀਤੀ ਹੋਈ ਗੁੜ 'ਤੇ ਵੀ, ਅਤੇ ਗੁੜ ਆਪਣਾ ਜਿਹੜਾ ਕਿ ਜਿੱਦਾਂ ਕਹਿ ਲਓ ਕਿ ਦੇਸੀ ਬਣਿਆ ਹੋਇਆ ਹੈ ਵਿਦਆਊਟ ਐਡਿਟ ਕੀਤੇ ਹੋਏ ਇਨਗਰੀਡੀਅੰਟਸ ਨੇ। ਠੀਕ ਹੈ, ਸੋ ਆਪਾਂ ਸ਼ੁਰੂਆਤ ਕਰੀਏ ਕੁਛ ਕਰੀਏ। ਚਲੋ ਜੀ, ਸੋ ਆ ਜਾਓ ਚੈੱਕ ਕਰਦੇ ਹਾਂ ਵਨ ਬਾਈਟ ਫੂਡ ਟਰੱਕ ਦੀਆਂ 1-to-1 ਰੈਸਿਪੀਜ਼। ਅਤੇ ਇਹਨਾਂ ਦਾ ਪੇਜ ਵੀ ਟਿਕਟੋਕ ਵੀ ਫੋਲੋ ਕਰ ਲੈਣਾ, ਜੁੜੇ ਰਹੋ। ਵਨ ਬਾਈਟ ਫੂਡ ਟਰੱਕ ਦੇ ਓਨਰ ਸੁਰਿੰਦਰ ਸਿੰਘ ਜੀ ਬੜੇ ਪਿਆਰੇ ਸੱਜਣ ਨੇ। ਭਾਅ ਜੀ ਕੀ ਖਾਓਗੇ, ਕੀ ਹੈ ਤੁਹਾਡੇ ਮਾਈਂਡ ਵਿੱਚ ਪਹਿਲੀ ਡਿਸ਼ ਜਿਹੜੀ ਤੁਸੀਂ ਚਾਹਣਾ ਦਿਖਾਣਾ ਚਾਹੁੰਦੇ ਹੋ? ਪਹਿਲੀ ਡਿਸ਼ ਹੈ ਜੀ ਆਪਣੀ ਗੁੜ ਵਾਲੀ ਚਾਹ, ਜਿੱਦਾਂ ਸਾਡੇ ਕਸਟਮਰ ਨੇ ਰਿਕੁਐਸਟ ਕੀਤੀ ਹੋਈ ਹੈ। ਸਭ ਦੀ ਫੇਵਰਿਟ ਹੈ, ਸਭ ਦੀ ਫੇਵਰਿਟ ਹੈ। ਸਪਰਿੰਗ ਰੋਲ ਖਾ ਲਓ, ਬਰਗਰ ਖਾ ਲਓ ਜਾਂ ਕੁਝ ਵੀ ਖਾ ਲਓ, ਚਾਹ ਤਾਂ ਕੰਪਲੀਮੈਂਟਰੀ ਨਾਲ ਲੈਣੀ ਹੀ ਪੈਂਦੀ ਹੈ। ਹਾਂਜੀ, ਕਹਿੰਦੇ ਨੇ ਕਿ ਪੰਜਾਬੀ ਸੁਰੇ ਚਾਹ ਬਿਨਾਂ ਨਹੀਂ ਉੱਠਦੇ ਹੈਗੇ, ਉਹ ਤਾਂ ਸਾਡੀ ਹੈਗੀ ਹੈ। ਟ੍ਰਿਪਲ ਟ੍ਰਿਪਲ ਦੇ ਬਾਅਦ ਮਿੱਠੇ ਵਾਲੀ ਹੁੰਦੀ ਹੈ ਜਾਂ ਜਿੱਦਾਂ ਦੀ ਕਹੋ ਉਦਾਂ ਦੀ ਬਣਾ ਲਓਗੇ? ਅਸੀਂ ਜਿੱਦਾਂ ਕਸਟਮਰ ਰਿਕੁਐਸਟ ਕਰਦਾ, ਜੇ ਕਿਸੇ ਨੇ ਸ਼ੂਗਰ ਫ੍ਰੀ ਪੀਣੀ ਅਸੀਂ ਉਸ ਹਿਸਾਬ ਨਾਲ ਦਿੰਦੇ ਡਾਇਬੀਟੀਜ਼ ਵਾਲਿਆਂ ਨੂੰ, ਅਤੇ ਜਿਸ ਨੂੰ ਮਿੱਠਾ ਵੱਧ ਘੱਟ ਪਾਉਣਾ ਅਸੀਂ ਉਸ ਹਿਸਾਬ ਨਾਲ ਕਰਦੇ। ਕਿਸੇ ਨੇ ਲੌਂਗ, ਇਲਾਚੀ, ਅਦਰਕ, ਤਿੰਨੇ ਚੀਜ਼ਾਂ ਪਾਉਣੀਆਂ ਹੁੰਦੀਆਂ, ਕਿਸੇ ਨੇ ਕੋਈ ਮੋਟਾ ਜਿਹੜਾ ਮਸਾਲਾ ਕਹਿ ਦੋਗੇ ਉਹ ਪਾ ਦੋਗੇ? ਉਹੀ ਪਾਵਾਂਗੇ। ਇਹਦਾ ਪ੍ਰਾਈਸ ਕੀ ਰੱਖਿਆ ਭਾਜੀ? ਅਸੀਂ ਪਰ ਕੱਪ ਦਾ ਰੱਖਿਆ ਹੋਇਆ $2 ਰੱਖਿਆ ਹੋਇਆ। ਸਭ ਤੋਂ ਸਸਤੀ ਚਾਹ ਮਿਲੇਗੀ $2 ਦੀ, ਢਾਈ ਤੋਂ $10 ਦੀ ਆਉਂਦੀ ਹੈ, ਰਾਈਟ? ਹਾਂਜੀ, ਤਿੰਨ ਉਹ ਵੀ ਕਈ ਵਾਰੀ ਮਸ਼ੀਨ ਦੀ ਵੀ ਆ ਜਾਂਦੀ। ਉਹ ਸਾਰੀ ਮਸ਼ੀਨ ਦੀਆਂ ਨੇ, ਤਿੰਨ ਦੀਆਂ ਸ਼ੁਰੂ ਕਰਦੇ ਨੇ, 4 ਨੋਰਮਲੀ ਨੇ। ਠੀਕ ਹੈ, ਸੋ ਗੁੜ ਪਾਣ ਜਾ ਰਹੇ ਹੋ? ਹਾਂਜੀ। ਜਿਹਦਾ ਕਸਟਮਰ ਨੇ ਰਿਕੁਐਸਟ ਕੀਤੀ ਹੋਈ ਹੈ ਕਿ ਮਿੱਠਾ ਵਧੀਆ ਪਾ ਕੇ ਰੱਖਣਾ, ਸੋ ਖਿੱਚ ਕੇ ਪਾ ਰਹੇ ਹੋ ਮਿੱਠਾ? ਹਾਂਜੀ, ਮਿੱਠਾ ਖਿੱਚ ਕੇ ਪਾ ਰਹੇ। ਠੀਕ ਹੈ ਜੀ, ਤੇ ਹੋਰ ਆਪਣੇ ਕੋਲ ਕੀ ਮਿਲਦਾ ਹੈ? ਆਪਣੇ ਕੋਲ ਜਿੱਦਾਂ ਰੈਪਸ ਨੇ ਜੇ ਚੱਲਦੀ ਪਈ, ਆਪਣੇ ਕੋਲ ਵੈਜੀ ਵੀ ਹੈ ਤੇ ਨੌਨ ਵੈਜੀ ਵੀ ਰੈਪ ਹੈਗੇ ਨੇ। ਇੱਕੋ ਫੂਡ ਟਰੱਕ 'ਚ ਵੈਜ ਨੌਨ ਵੈਜ ਦੋਨੋਂ ਕਰ ਰਹੇ ਹੋ? ਦੋਨੋਂ ਨੇ। ਠੀਕ ਹੈ ਜੀ, ਤੇ ਵੈਜ ਰੈਪ ਵਿੱਚ ਸਭ ਤੋਂ ਫੇਮਸ ਕਿਹੜਾ ਹੈ ਤੇ ਨੌਨ ਵੈਜ ਰੈਪ ਵਿੱਚ? ਜਿਹੜਾ ਸਭ ਤੋਂ ਫੇਮਸ ਹੈ ਪੰਜਾਬੀ ਚਿੱਲੀ ਰੈਪ ਚੱਲਦਾ ਪਿਆ, ਤੇ ਜਾਂ ਪਨੀਰ ਕਾਠੀ ਰੈਪ ਚੱਲਦਾ ਪਿਆ। ਤੇ ਨੌਨ ਵੈਜ ਵਿੱਚ ਚੱਲਦਾ ਪਿਆ ਸਾਡਾ ਚਿਕਨ ਕਾਠੀ ਰੈਪ ਚੱਲਦਾ ਪਿਆ, ਐਗ ਚਿਕਨ ਕਾਠੀ ਰੈਪ ਚੱਲਦਾ ਪਿਆ, ਜਾਂ ਕ੍ਰਿਸਪੀ ਚਿਕਨ ਰੈਪ। ਤੁਸੀਂ ਟਿਮ ਹੋਟਲ ਤੇ ਵੀ ਖਾਧਾ ਹੋਣਾ ਕ੍ਰਿਸਪੀ ਚਿਕਨ ਰੈਪ, ਬਟ ਅਸੀਂ ਉਹ ਆਪਣੇ ਦੇਸੀ ਸਟਾਈਲ ਨਾਲ ਬਣਾਇਆ ਹੋਇਆ ਪੰਜਾਬੀਆਂ ਦੇ ਟਾਈਮ, ਜਿਹੜੇ ਉਹਨਾਂ ਨੂੰ ਪਸੰਦ ਆਵੇ। ਜਿਹੜੀ ਆਪਣੀ ਮੇਨ ਚੀਜ਼ ਹੈ, ਜਿਹੜੀ ਸੌਸ ਅਸੀਂ ਯੂਜ਼ ਕਰਦੇ ਹਾਂ ਨਾ, ਉਹ ਅਸੀਂ ਹੋਮਮੇਡ ਬਣਾਈ ਹੋਈ ਆਪਣੀ। ਠੀਕ, ਹੋਮਮੇਡ ਸੌਸਸ? ਹੋਮਮੇਡ ਸੌਸਸ। ਠੀਕ ਹੈ, ਅੱਜ ਗਰਮ ਗਰਮ ਚੀਜ਼ਾਂ ਦਾ ਦਿਲ ਕਰਦਾ, ਰਾਈਟ? ਫਿਸ਼ ਨਾਲ ਜਾਂ ਸਪਰਿੰਗ ਰੋਲ ਨਾਲ ਜਾਂ ਬਰਗਰ ਨਾਲ। ਸੋ ਚਾਹ ਵਿੱਚ ਇਹੋ ਜਿਹੀ ਕਿਹੜੀ ਕਿਹੜੀ ਚੀਜ਼ਾਂ ਪਾਉਂਦੇ ਹੋ ਵੀ ਤੁਹਾਡੀ ਚਾਹ ਬਹੁਤ ਸਵਾਦ ਲੱਗੂਗੀ ਹਰ ਚੀਜ਼ ਨਾਲ? ਅਸੀਂ ਜਿਹੜੀ ਹੈ ਲੌਂਗ, ਇਲਾਚੀ ਤੇ ਅਦਰਕ ਪਾਉਂਦੇ ਹਾਂ। ਅਦਰਕ ਇਹ ਅਦਰਕ ਪਾਉਣ ਲੱਗੇ ਚਾਹ? ਜੀ। ਅੱਛਾ, ਲੇਕਿਨ ਵੈਦਰ ਚੇਂਜ ਹੋਣ ਲੱਗ ਗਿਆ, ਸਭ ਨੂੰ ਸਰਦੀ ਜੁਕਾਮ ਹੋਏਗਾ, ਸਭ ਨੂੰ ਬਚਾ ਕੇ ਰੱਖੇਗਾ। ਸੋ ਅਦਰਕ ਵਾਲੀ ਕਾੜੀ ਹੋਈ ਚਾਹ ਤੇ ਗੁੜ ਪਾਇਆ ਹੋਇਆ ਭਾਜੀ ਨੇ, ਤੇ ਭਾਜੀ ਦਾ ਦਾਅਵਾ ਹੈ ਕਿ ਚਾਹ ਫਟੇਗੀ ਨਹੀਂ, ਰਾਈਟ? ਹਾਂਜੀ। ਸੋ ਠੀਕ ਹੈ ਜੀ, ਸੋ ਚਾਹ ਦੇ ਨਾਲ ਸੋ ਕੋਈ ਵੀ ਚੀਜ਼ ਜੇ ਇੱਥੋਂ ਖਾਓਗੇ ਤਾਂ ਚਾਹ ਜ਼ਰੂਰ ਪੀ ਕੇ ਜਾਵਾਂਗੇ ਭਾਜੀ। ਹਾਂਜੀ, ਠੀਕ ਹੈ ਭਾਜੀ। ਹੁਣ ਨੈਕਸਟ ਰੈਸਿਪੀ ਕੀ ਦਿਖਾਓਗੇ ਇਹਦੇ ਨਾਲ? ਨਾਲ ਲੱਗੇ ਆ ਫਰੈਸ਼ ਸਪਰਿੰਗ ਰੋਲ। ਫਰੈਸ਼ ਸਪਰਿੰਗ ਰੋਲ ਮਤਲਬ ਕਿ? ਮਤਲਬ ਕਿ ਮੈਂ ਹੁਣੇ ਨਿਊਡਲ ਬਣਾ ਕੇ ਹਟਿਆ, ਉਹਨਾਂ ਨੂੰ ਰੋਲ ਕਰਾਂਗਾ ਤੁਹਾਡੇ ਸਾਹਮਣੇ। ਸਭ ਕੁਝ ਸਾਹਮਣੇ, ਕੋਈ ਫ੍ਰਿਜ ਚੋਂ ਕੱਢ ਕੇ ਫਰਾਈ ਨਹੀਂ ਕਰਦੇ? ਫਰਾਈ ਨਹੀਂ ਕਰਦੇ ਹੈਗੇ, ਲਾਈਵ ਸਪਰਿੰਗ ਰੋਲ। ਹਾਂਜੀ, ਜਿਵੇਂ ਕਸਟਮਰ ਤੁਸੀਂ ਵੀ ਆਓਗੇ ਤੇ ਜਦੋਂ ਤੁਸੀਂ ਆਰਡਰ ਤੁਸੀਂ ਵਿੰਡੋ ਤੇ ਲਾਈਵ ਦੇਖ ਸਕਦੇ, ਅਸੀਂ ਫਰੈਸ਼ ਹੀ ਬਣਾ ਕੇ ਦਵਾਂਗੇ ਤੁਹਾਨੂੰ। ਇਹ ਤਾਂ ਬਹੁਤ ਵਧੀਆ ਗੱਲ ਹੈ ਤੇ ਮੈਂ ਐਕਸਾਈਟਿਡ ਹਾਂ। ਦਿਖਾ ਦਿਓ ਭਾਜੀ, ਲੈਟਸ ਗੋ ਅਹੈਡ।